ਦੁਬਈ ਦੇ ਵਿੱਚ ਆਈਪੀਐਲ ਦੇ ਆਕਸ਼ਨ ਚੱਲ ਰਹੇ ਨੇ। ਇਸੇ ਦੌਰਾਨ 10 ਇਹੋ ਜਿਹੇ ਖਿਡਾਰੀਆਂ ਦੇ ਨਾਮ ਤੁਹਾਨੂੰ ਦੱਸਾਂਗੇ ਜਿਨ੍ਹਾਂ ਤੇ ਸਭ ਤੋਂ ਵੱਧ ਹੁਣ ਤੱਕ ਦੀ ਬੋਲੀ ਲੱਗੀ ਹੈ, ਕਰੋੜਾਂ ਰੁਪਏ ਦੀ ਬੋਲੀ ਲੱਗੀ ਹੈ ਤੇ ਕਈ ਕਰੋੜ ਰੁਪਏ ਦੇ ਇਹ ਖਿਡਾਰੀ ਵਿਕੇ ਨੇ। ਸਭ ਤੋਂ ਪਹਿਲਾ ਨੰਬਰ ਹੈ ਮਿਚਲ ਸਟਾਰਕ ਦਾ, ਜੋ ਕਿ ਹੁਣ ਤੱਕ ਦੇ ਸਭ ਤੋਂ ਮਹਿੰਗੇ ਖਿਡਾਰੀ ਵਿਕੇ ਨੇ। ਦੱਸ ਦਈਏ ਕਿ ਬੋਲਿੰਗ ਕਰਦੇ ਨੇ, ਬੋਲਰ ਨੇ ਆਸਟ੍ਰੇਲੀਆ ਤੋਂ, ਤੇ ਹੁਣ KKR ਦੇ ਲਈ 24.75 ਕਰੋੜ ਦੇ ਵਿੱਚ ਵਿਕੇ ਨੇ। ਦੂਜੇ ਨੰਬਰ ਤੇ ਆਉਂਦੇ ਨੇ ਪੈਟ ਕਮਿੰਸ, ਜੋ ਕਿ ਆਲਰਾਊਂਡਰ ਨੇ, ਤੇ ਸਨਰਾਈਜ਼ ਹੈਦਰਾਬਾਦ ਨੇ ਇਹਨਾਂ ਤੇ 20.50 ਕਰੋੜ ਦੀ ਬੋਲੀ ਲਗਾਈ ਹੈ। ਤੀਜੇ ਤੇ ਆਉਂਦੇ ਨੇ ਡੈਰਲ ਮਿਚਲ, ਜੋ ਕਿ ਚੇਨਈ ਸੁਪਰ ਕਿੰਗ ਦੇ ਲਈ ਖੇਡਣਗੇ, ਆਲਰਾਊਂਡਰ ਨੇ, ਅਤੇ ਇਹਨਾਂ ਤੇ 14 ਕਰੋੜ ਰੁਪਏ ਦੀ ਬੋਲੀ ਲਗਾਈ ਗਈ ਤੇ ਇਹਨਾਂ ਨੂੰ CSK ਯਾਨੀ ਕਿ ਚੇਨਈ ਸੁਪਰ ਕਿੰਗ ਨੇ ਖਰੀਦ ਲਿਆ ਹੈ। ਚੌਥੇ ਨੰਬਰ ਤੇ ਆਉਂਦੇ ਨੇ ਇੰਡੀਅਨ ਖਿਡਾਰੀ, ਜਿਨ੍ਹਾਂ ਨੂੰ ਪੰਜਾਬ ਦੀ ਟੀਮ ਵੱਲੋਂ ਖਰੀਦਿਆ ਗਿਆ ਹੈ ਤੇ ਆਲਰਾਊਂਡਰ ਨੇ, ਇਹਨਾਂ ਤੇ ਬੋਲੀ ਲੱਗੀ ਹੈ 11.75 ਕਰੋੜ ਦੀ। ਜੀ ਹਾਂ, 11.75 ਕਰੋੜ 'ਚ ਹਰਸ਼ਲ ਪਟੇਲ ਪੰਜਾਬ ਦੀ ਟੀਮ ਦੇ ਲਈ ਵਿਕੇ ਨੇ। ਪੰਜਵੇਂ ਨੰਬਰ 'ਤੇ ਆਉਂਦੇ ਨੇ ਅਲਜ਼ਰੀ ਜੋਸਫ, ਜੋ ਕਿ ਬੋਲਰ ਨੇ, ਵੈਸਟ ਇੰਡੀਜ਼ ਦੀ ਟੀਮ ਤੋਂ ਨੇ, ਅਤੇ RCB ਦੇ ਵੱਲੋਂ ਇਹਨਾਂ ਨੂੰ 11.5 ਕਰੋੜ ਦੇ ਵਿੱਚ ਖਰੀਦਿਆ ਗਿਆ ਹੈ। ਰੋਮਨ ਪੋਵੈਲ, ਜੋ ਕਿ ਬੈਟਸਮੈਨ ਨੇ, ਕਾਫੀ ਧੂੰਆਂਧਾਰ ਬੱਲੇਬਾਜ਼ ਨੇ, ਇਹਨਾਂ ਨੂੰ 7.4 ਕਰੋੜ ਦੇ ਵਿੱਚ ਰਾਜਸਥਾਨ ਰਾਇਲਸ ਦੇ ਵੱਲੋਂ ਖਰੀਦਿਆ ਗਿਆ ਹੈ। ਸੱਤਵੇਂ ਨੰਬਰ 'ਤੇ ਆਉਂਦੇ ਨੇ ਟ੍ਰੈਵਿਸ ਹੈਡ, ਜੋ ਕਿ ਇੱਕ ਬੈਟਸਮੈਨ ਨੇ, ਆਸਟ੍ਰੇਲੀਆ ਦੇ ਪਲੇਅਰ ਨੇ, ਅਤੇ ਇਹਨਾਂ 'ਤੇ ਬੋਲੀ ਲੱਗੀ ਹੈ 6.8 ਕਰੋੜ ਦੀ, ਜੋ ਕਿ ਸਭ ਤੋਂ ਵੱਧ ਸਨਰਾਈਜ਼ ਹੈਦਰਾਬਾਦ ਦੇ ਵੱਲੋਂ ਲਗਾਈ ਗਈ। ਅੱਠਵੇਂ ਨੰਬਰ 'ਤੇ ਆਉਂਦੇ ਨੇ ਸ਼ਿਵਮ ਮਾਵੀ, ਇਹ ਵੀ ਭਾਰਤੀ ਬੋਲਰ ਨੇ, ਅਤੇ ਇਹਨਾਂ ਨੂੰ ਲਖਨਊ ਸੁਪਰ ਜਾਇੰਟ ਦੇ ਵੱਲੋਂ 6.4 ਕਰੋੜ ਦੇ ਵਿੱਚ ਖਰੀਦਿਆ ਗਿਆ ਹੈ। ਨੌਵੇਂ ਨੰਬਰ 'ਤੇ ਆਉਂਦੇ ਨੇ ਉਮੇਸ਼ ਯਾਦਵ, ਜੋ ਕਿ ਬੋਲਰ ਨੇ, ਇੰਡੀਆ ਦੇ ਸਟਾਰ ਬੋਲਰ ਨੇ, ਅਤੇ ਇਹਨਾਂ 'ਤੇ ਬੋਲੀ ਲੱਗੀ ਹੈ 5.8 ਕਰੋੜ ਦੀ, ਅਤੇ ਗੁਜਰਾਤ ਟਾਈਟਨ ਦੇ ਵੱਲੋਂ ਇਹ ਬੋਲੀ ਲਗਾਈ ਗਈ। ਦਸਵੇਂ ਨੰਬਰ 'ਤੇ ਅਤੇ ਆਖਰੀ ਨੰਬਰ 'ਤੇ ਆਉਂਦੇ ਨੇ ਗਿਰਾਲਡ ਕੋਟਜ਼ੀ, ਜੋ ਕਿ ਆਲਰਾਊਂਡਰ ਨੇ, ਅਤੇ ਇਹਨਾਂ ਨੂੰ 5 ਕਰੋੜ ਦੇ ਵਿੱਚ ਮੁੰਬਈ ਇੰਡੀਅਨ ਦੇ ਵੱਲੋਂ ਖਰੀਦਿਆ ਗਿਆ ਹੈ। ਅਤੇ ਇਹ ਸੀਗੇ ਕੁਝ 10 ਇਹੋ ਜਿਹੇ ਖਿਡਾਰੀ ਜਿਨ੍ਹਾਂ 'ਤੇ ਹੁਣ ਤੱਕ ਬੋਲੀ ਲੱਗ ਚੁੱਕੀ ਹੈ ਅਤੇ ਇਹਨਾਂ ਨੂੰ ਟੀਮਾਂ ਨੇ ਖਰੀਦ ਵੀ ਲਿਆ ਹੈ। ਦੁਬਈ ਦੇ ਵਿੱਚ IPL ਦੇ ਆਕਸ਼ਨ ਚੱਲ ਰਹੇ ਨੇ। ਇਸੇ ਦੌਰਾਨ 10 ਇਹੋ ਜਿਹੇ ਖਿਡਾਰੀਆਂ ਦੇ ਨਾਮ ਤੁਹਾਨੂੰ ਦੱਸਾਂਗੇ ਜਿਨ੍ਹਾਂ 'ਤੇ ਸਭ ਤੋਂ ਵੱਧ ਹੁਣ ਤੱਕ ਦੀ ਬੋਲੀ ਲੱਗੀ ਹੈ, ਕਰੋੜਾਂ ਰੁਪਏ ਦੀ ਬੋਲੀ ਲੱਗੀ ਹੈ ਅਤੇ ਕਈ ਕਰੋੜ ਰੁਪਏ ਦੇ ਇਹ ਖਿਡਾਰੀ ਵਿਕੇ ਨੇ। ਸਭ ਤੋਂ ਪਹਿਲਾ ਨੰਬਰ ਹੈ ਮਿਚਲ ਸਟਾਰਕ ਦਾ, ਜੋ ਕਿ ਹੁਣ ਤੱਕ ਦੇ ਸਭ ਤੋਂ ਮਹਿੰਗੇ ਖਿਡਾਰੀ ਵਿਕੇ ਨੇ। ਦੱਸ ਦਈਏ ਕਿ ਬੋਲਿੰਗ ਕਰਦੇ ਨੇ, ਬੋਲਰ ਨੇ, ਆਸਟ੍ਰੇਲੀਆ ਤੋਂ, ਅਤੇ ਹੁਣ KKR ਦੇ ਲਈ 24.75 ਕਰੋੜ ਦੇ ਵਿੱਚ ਵਿਕੇ ਨੇ। ਦੂਜੇ ਨੰਬਰ 'ਤੇ ਆਉਂਦੇ ਨੇ ਪੈਟ ਕਮਿੰਸ, ਜੋ ਕਿ ਆਲਰਾਊਂਡਰ ਨੇ, ਅਤੇ ਸਨਰਾਈਜ਼ ਹੈਦਰਾਬਾਦ ਨੇ ਇਹਨਾਂ 'ਤੇ 20.50 ਕਰੋੜ ਦੀ ਬੋਲੀ ਲਗਾਈ ਹੈ। ਤੀਜੇ 'ਤੇ ਆਉਂਦੇ ਨੇ ਡੈਰਲ ਮਿਚਲ, ਜੋ ਕਿ ਚੇਨਈ ਸੁਪਰ ਕਿੰਗ ਦੇ ਲਈ ਖੇਡਣਗੇ, ਆਲਰਾਊਂਡਰ ਨੇ, ਅਤੇ ਇਹਨਾਂ 'ਤੇ 14 ਕਰੋੜ ਰੁਪਏ ਦੀ ਬੋਲੀ ਲਗਾਈ ਗਈ ਅਤੇ ਇਹਨਾਂ ਨੂੰ CSK ਯਾਨੀ ਕਿ ਚੇਨਈ ਸੁਪਰ ਕਿੰਗ ਨੇ ਖਰੀਦ ਲਿਆ ਹੈ। ਚੌਥੇ ਨੰਬਰ 'ਤੇ ਆਉਂਦੇ ਨੇ ਇੰਡੀਅਨ ਖਿਡਾਰੀ, ਜਿਨ੍ਹਾਂ ਨੂੰ ਪੰਜਾਬ ਦੀ ਟੀਮ ਵੱਲੋਂ ਖਰੀਦਿਆ ਗਿਆ ਹੈ ਅਤੇ ਆਲਰਾਊਂਡਰ ਨੇ, ਇਹਨਾਂ 'ਤੇ ਬੋਲੀ ਲੱਗੀ ਹੈ 11.75 ਕਰੋੜ ਦੀ। ਜੀ ਹਾਂ, 11.75 ਕਰੋੜ 'ਚ ਹਰਸ਼ਲ ਪਟੇਲ ਪੰਜਾਬ ਦੀ ਟੀਮ ਦੇ ਲਈ ਵਿਕੇ ਨੇ। ਪੰਜਵੇਂ ਨੰਬਰ 'ਤੇ ਆਉਂਦੇ ਨੇ ਅਲਜ਼ਰੀ ਜੋਸਫ, ਜੋ ਕਿ ਬੋਲਰ ਨੇ, ਵੈਸਟ ਇੰਡੀਜ਼ ਦੀ ਟੀਮ ਤੋਂ ਨੇ, ਅਤੇ RCB ਦੇ ਵੱਲੋਂ ਇਹਨਾਂ ਨੂੰ 11.5 ਕਰੋੜ ਦੇ ਵਿੱਚ ਖਰੀਦਿਆ ਗਿਆ ਹੈ। ਰੋਮਨ ਪੋਵੈਲ, ਜੋ ਕਿ ਬੈਟਸਮੈਨ ਨੇ, ਕਾਫੀ ਧੂੰਆਂਧਾਰ ਬੱਲੇਬਾਜ਼ ਨੇ, ਇਹਨਾਂ ਨੂੰ 7.4 ਕਰੋੜ ਦੇ ਵਿੱਚ ਰਾਜਸਥਾਨ ਰਾਇਲਸ ਦੇ ਵੱਲੋਂ ਖਰੀਦਿਆ ਗਿਆ ਹੈ। ਸੱਤਵੇਂ ਨੰਬਰ 'ਤੇ ਆਉਂਦੇ ਨੇ ਟ੍ਰੈਵਿਸ ਹੈਡ, ਜੋ ਕਿ ਇੱਕ ਬੈਟਸਮੈਨ ਨੇ, ਆਸਟ੍ਰੇਲੀਆ ਦੇ ਪਲੇਅਰ ਨੇ,
ਤੇ ਇਹਨਾਂ ਤੇ ਬੋਲੀ ਲੱਗੀ ਹੈ 6.8 crore ਦੀ, ਜੋ ਕਿ ਸਭ ਤੋਂ ਵੱਧ ਸਨਰਾਈਜ਼ਰਸ ਹੈਦਰਾਬਾਦ ਦੇ ਵੱਲੋਂ ਲਗਾਈ ਗਈ। 8ਵੇਂ ਨੰਬਰ ਤੇ ਆਉਂਦੇ ਨੇ ਸ਼ਿਵਮ ਮਾਵੀ, ਇਹ ਵੀ ਭਾਰਤੀ ਬੋਲਰ ਨੇ ਤੇ ਇਹਨਾਂ ਨੂੰ ਲਖਨਊ ਸੁਪਰ ਜਾਇੰਟ ਦੇ ਵੱਲੋਂ 6.4 crore ਦੇ ਵਿੱਚ ਖਰੀਦਿਆ ਗਿਆ ਹੈ। 9ਵੇਂ ਨੰਬਰ ਤੇ ਆਉਂਦੇ ਨੇ ਉਮੇਸ਼ ਯਾਦਵ, ਜੋ ਕਿ ਬੋਲਰ ਨੇ, ਇੰਡੀਆ ਦੇ ਸਟਾਰ ਬੋਲਰ ਨੇ ਤੇ ਇਹਨਾਂ ਤੇ ਬੋਲੀ ਲੱਗੀ ਹੈ 5.8 crore ਦੀ ਤੇ ਗੁਜਰਾਤ ਟਾਈਟਨ ਦੇ ਵੱਲੋਂ ਇਹ ਬੋਲੀ ਲਗਾਈ ਗਈ। 10ਵੇਂ ਨੰਬਰ ਤੇ ਆਖਰੀ ਨੰਬਰ ਤੇ ਆਉਂਦੇ ਨੇ ਗਿਰਾਲਡ ਕੋਟਜ਼ੀ, ਜੋ ਕਿ ਆਲਰਾਊਂਡਰ ਨੇ ਤੇ ਇਹਨਾਂ ਨੂੰ 5 crore ਦੇ ਵਿੱਚ ਮੁੰਬਈ ਇੰਡੀਅਨ ਦੇ ਵੱਲੋਂ ਖਰੀਦਿਆ ਗਿਆ ਹੈ। ਤੇ ਇਹ ਸੀਗੇ ਕੁਝ 10 ਇਹੋ ਜਿਹੇ ਖਿਡਾਰੀ ਜਿਨ੍ਹਾਂ ਤੇ ਹੁਣ ਤੱਕ ਬੋਲੀ ਲੱਗ ਚੁੱਕੀ ਹੈ ਤੇ ਇਹਨਾਂ ਨੂੰ ਟੀਮਾਂ ਨੇ ਖਰੀਦ ਵੀ ਲਿਆ ਹੈ।